तरन तारण के पिंड जौड़ा विखे जमीनी विवाद के चलदियां विदेशों परते नौजवान की गोलियां मार के हत्या की गई। मरन वाले नौजवान की पहचान गुरदेव सिंह वजो हुई है। मृतक कुछ दिन पहला ही नॉर्वे तो वापस आया सी। इस मौके पर मृतक का भरा सुखदेव सिंह भी जख्मी होया है, जिसनों इलाज के लिए हस्पताल विखे दाखिल करवाया गया है। परिवारक मैंबर ने दोषियों खिलाफ सख्त कार्रवाई की मांग की है। ਇਹ ਸਾਡਾ ਵੱਡੀ ਜਾਂਦਾ ਇਹ ਆਦਮੀ ਰਵਿੰਦਰ ਸਿੰਘ ਤੁਰਖ ਜਤਵਿੰਦਰ ਸਿੰਘ ਮੁੰਡਾ ਇਹਦਾ ਅਤੇ ਪਹਿਲਾਂ ਝੜਪ ਹੋਈ ਹੈ ਅਤੇ ਚਲੋ ਪਿੰਡ ਦੀ ਪੰਚਾਇਤ ਨੇ ਢਾਹ ਕੇ ਘੱਲਤਾ ਵਾ। ਚਲੋ ਇਹ ਪਿੰਡ ਨੂੰ ਆ ਗਏ ਅਤੇ ਅਸੀਂ ਖਾਦ ਪਾਉਣ ਡਿਆ ਵੀ ਦੋਵੇਂ ਭਰਾ ਜਿਹੜੇ ਫੱਟਰ ਹੋਏ ਇਹਦੇ ਦੀ ਮੌਤ ਹੋ ਗਈ ਹੈ ਅਤੇ ਮੈਂ ਠੀਕ ਨਹੀਂ ਹੈ ਸਿਰ ਦੀ ਦਰਦ ਖਣੋ ਮੈਂ ਲੰਮੇ ਪਿਆ ਮੋਟਰ 'ਤੇ ਅਤੇ ਜਦੋਂ ਵੀ ਖਾਦ ਪਾ ਕੇ ਠੇਕੇ ਵਾਲੀ ਪੈਲੀ 'ਚੋਂ ਵਾਪਸ ਆਪਣੀ ਮਾਲਕੀ ਪੈਲੀ 'ਚ ਆ ਰਹੇ ਆ ਅਤੇ ਇਹਨਾਂ ਹਥਿਆਰ ਲੈ ਕੇ ਚਾਰ ਪੰਜ ਬੰਦੇ ਇਹਨਾਂ ਦੇ ਗੱਲ ਪੈ ਗਏ ਆ। ਇੱਕ ਦੇ ਮੌਕੇ 'ਤੇ ਮੌਤ ਹੋ ਗਈ ਆ ਅਤੇ ਇੱਕ ਦੇ ਸਿਰ 'ਚ ਬਹੁਤ ਗੰਭੀਰ ਕਈ ਨਾ ਸੱਟ ਲਾ ਤੀ। ਇਹਦੀ ਮੌਤ ਹੋਈ ਹੈ ਗੁਰਦੇਵ ਸਿੰਘ ਦੀ। ਬਾਹਰੋਂ ਆਏ ਪਰ ਹੁਣ ਸਾਲ ਹੋ ਗਿਆ ਸਾਡੇ ਨਾਲ ਖੇਤੀਬਾੜੀ ਕਰਦੇ, ਹੁਣ ਅਕਤੂਬਰ 'ਚ ਜਾਣ ਦੀ ਤਿਆਰੀ ਉਹਨਾਂ ਦੀ। ਬਾਲ ਬੱਚੇ ਵਗੈਰਾ ਉੱਥੇ ਬਾਹਰ ਹੀ ਹੈ ਜੀ ਨੌਰਵੇ 'ਚ। ਕਾਰਵਾਈ ਹੋਵੇ ਜਿੰਨੀ ਵੀ ਵੱਧ ਤੋਂ ਵੱਧ ਹੋ ਸਕਦੀ ਸਖ਼ਤ ਤੋਂ ਸਖ਼ਤ ਹੋਵੇ। ਉੱਧਰ ਪੁਲਿਸ ਵੱਲੋਂ ਚਾਰ ਲੋਕਾਂ ਦੇ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਅੱਛਾ ਜੀ, ਰਾਤੀ ਮਨਜਿੰਦਰ ਸਿੰਘ ਪੁੱਤਰ ਲੇਟ ਬਲਕਾਰ ਸਿੰਘ ਵਾਸੀ ਜੌੜਾ ਨੇ ਬਿਆਨ ਦਰਜ ਕਰਾਇਆ ਸੀ ਕਿ ਉਹ ਤਿੰਨ ਭਰਾ ਨੇ ਹਰਦੇ ਇਹ ਆਪਣਾ ਸੁਖਦੇਵ ਸਿੰਘ, ਗੁਰਦੇਵ ਸਿੰਘ ਅਤੇ ਮਨਜਿੰਦਰ ਸਿੰਘ। ਬਾਪ ਦੀ ਡੈਥ ਹੋਈ ਹੈ ਛੋਟੇ ਹੁੰਦਿਆਂ ਦੀ ਅਤੇ ਖੇਤੀਬਾੜੀ ਦਾ ਕੰਮ ਕਰਦੇ ਆ। ਇਹਨਾਂ ਦੀ ਜ਼ਮੀਨ ਦੇ ਨਾਲ ਹਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਜੌੜਾ ਦੀ ਜ਼ਮੀਨ, ਜਿਨ੍ਹਾਂ ਨਾਲ ਕੁਝ ਦਿਨ ਪਹਿਲਾਂ ਇੱਕ ਕਨਾਲ ਅਤੇ ਸੱਤ ਮਰਲੇ ਜ਼ਮੀਨ ਦਾ ਰੌਲਾ ਸੀ ਇਹਨਾਂ ਦਾ, ਉਹ ਮੋਦਵਾਰ ਬੰਦਿਆਂ ਨੇ ਕਰੀਬ ਮਹੀਨਾ ਪਹਿਲਾਂ ਥਾਣੇ ਰਾਜੀਨਾਮਾ ਕਰਵਾ ਦਿੱਤਾ। ਇੱਕ ਰਸਤਾ ਇਹਨਾਂ ਦੀ ਬੰਬੀ ਨੂੰ ਜਾਂਦਾ ਅਤੇ ਉਹਦੀ ਦੋ ਸਾਈਡਾਂ 'ਤੇ ਜਿਹੜਾ ਹਰਵਿੰਦਰ ਸਿੰਘ ਦੀ ਜ਼ਮੀਨ ਆ ਉਹ ਵੱਢ ਕੇ ਅਤੇ ਆਪਣੀ ਜ਼ਮੀਨ 'ਚ ਰਲਾ ਲੈਂਦਾ, ਉਹ ਵੀ ਬੁੱਧਵਾਰ ਬੰਦਿਆਂ ਨੇ ਹੁਣ ਛਡਾ ਕੇ ਦਿੱਤਾ। ਉਸੇ ਰੰਜਿਸ਼ ਤਹਿਤ ਹੀ ਕੱਲ੍ਹ ਹਰਦੇਵ ਸਿੰਘ, ਗੁਰਦੇਵ ਸਿੰਘ ਅਤੇ ਸੁਖਦੇਵ ਸਿੰਘ ਆਪਣੀ ਠੇਕੇ ਦੇ ਲਈ ਜ਼ਮੀਨ ਨੂੰ ਖਾਦ ਪਾ ਕੇ ਆਪਣੀ ਬੰਬੀ ਵੱਲ ਨੂੰ ਜਾ ਰਹੇ ਸੀ ਆਪਣੇ ਬ੍ਰਦਰ ਮਨਜਿੰਦਰ ਸਿੰਘ ਕੋਲ। ਰਸਤੇ ਵਿੱਚ ਹਰਵਿੰਦਰ ਸਿੰਘ ਦੀ ਬੰਬੀ ਆ, ਬੰਬੀ 'ਤੇ ਹਰਵਿੰਦਰ ਸਿੰਘ ਮਸੱਲਾ ਕਹੀ, ਜਤਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਜੌੜਾ ਮਸੱਲਾ ਪਿਸਤੌਲ, ਅਤੇ ਗੋਪੀ ਪੁੱਤਰ ਤਰਸੇਮ ਸਿੰਘ ਵਾਸੀ ਜੌੜਾ ਮਸੱਲਾ ਡਾਂਗ, ਤਰਨਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਤਰਨ ਤਾਰਨ ਖੜ੍ਹੇ ਸਨ, ਜਿਨ੍ਹਾਂ ਨੇ ਹਰਵਿੰਦਰ ਸਿੰਘ ਨੇ ਸੁਖਦੇਵ ਸਿੰਘ ਦੇ ਸਿਰ ਵਿੱਚ ਕਈ ਮਾਰੀ ਜਿਸ ਨਾਲ ਉਹ ਜ਼ਖਮੀ ਹੋ ਗਿਆ। ਜਤਿੰਦਰ ਸਿੰਘ ਨੇ ਆਪਣੀ ਪਿਸਤੌਲ ਨਾਲ ਅੰਨੇ ਵਾਹ ਮਾਰ ਦੇਣ ਦੀ ਨੀਅਤ ਨਾਲ ਗੁਰਦੇਵ ਸਿੰਘ 'ਤੇ ਗੋਲੀਆਂ ਚਲਾਈਆਂ, ਜਿਸ ਨਾਲ ਉਹਦੀ ਮੌਕੇ 'ਤੇ ਮੌਤ ਹੋ ਗਈ। ਉਹ ਤੁਸੀਂ ਕੀ ਕੀਤਾ? ਅਸੀਂ ਜੀ ਮਨਜਿੰਦਰ ਸਿੰਘ ਦੇ ਬਿਆਨ 'ਤੇ ਮੁਕੱਦਮਾ ਨੰਬਰ 222 ਮਿਤੀ 18/7/2020 ਜੁਰਮ 307/3 IPC 25/47/58 ਹਸਲਾ ਐਕਟ ਤਹਿਤ ਜਿਹੜਾ ਚਾਰ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ। 33,000 ਗ੍ਰਿਫਤਾਰੀ ਹੋਈ? ਨਹੀਂ ਜੀ, ਰੇਡ ਕੀਤੇ ਗਏ ਆ, ਲੇਕਿਨ ਦੋਸ਼ੀ ਘਰ ਤੋਂ ਫਰਾਰ ਨੇ।